ਬੜੀਆਂ ਸੋਹਣੀਆਂ ਸਮਾਪਤਾਂ ਰੱਖਣ ਵਾਲਿਆਂ ਸਾਰੇ ਵੀਰਾਂ ਦੋਸਤਾਂ ਭਰਾਵਾਂ ਨੂੰ ਖਲੂਸ ਭਰਿਆ ਸਤਿ ਸ਼੍ਰੀ ਅਕਾਲ, ਨਮਸਤੇ ਅਤੇ ਅਸਲਾਮੁ ਅਲੈਕੁਮ। ਵੀਰੋ, ਮਿੱਤਰੋ ਅਤੇ ਭਰਾਓ, ਪਾਕਿਸਤਾਨ ਅਤੇ ਇਹ ਜਿਹੜੀ ਬਰਸਗੀਰ ਦੀ ਵੰਡ ਹੋਈ ਜਿਹਦੇ ਵਿੱਚ ਪਾਕਿਸਤਾਨ ਅਤੇ ਹਿੰਦੁਸਤਾਨ ਦੋ ਅਲੱਗ ਅਲੱਗ ਮੁਲਕ ਹੋਏ, ਇਹਦੇ 'ਚ ਪੰਜਾਬ ਦਾ ਜਿਹੜਾ ਟੋਟਾ ਕੁਝ ਉੱਧਰ ਰਹਿ ਗਿਆ ਅਤੇ ਕੁਝ ਇੱਧਰ ਆ ਗਿਆ, ਉਹ ਜਿਹੜਾ ਨੁਕਸਾਨ ਹੋਇਆ ਅੱਜ ਉਹ ਮੈਂ ਆਪਣੀਆਂ ਗੱਲਾਂ 'ਚ ਦੱਸਣਾ ਅਤੇ ਉਹਨੂੰ ਕੌਣ ਕੌਣ ਯਾਦ ਕਰਦਾ। ਮਿੱਤਰੋ, ਚੌਂਕਰੀਆਂ ਚੁਬਾਰੇ ਰਹਿ ਗਏ ਅੱਧੇ ਇੱਧਰ ਅੱਧੇ ਉੱਧਰ, ਸਾਡੇ ਚੰਨ 'ਤੇ ਤਾਰੇ ਰਹਿ ਗਏ ਅੱਧੇ ਇੱਧਰ ਅੱਧੇ ਉੱਧਰ। ਓਏ ਵੰਡਾਂ ਪਾ ਕੇ ਹੱਸਣ ਵਾਲੇ, ਅੱਜ ਇਸ ਮਾਂ ਦਾ ਜੁਰਮ ਤਾਂ ਦੱਸਣ। ਵੰਡਾਂ ਪਾ ਕੇ ਹੱਸਣ ਵਾਲੇ, ਅੱਜ ਇਸ ਮਾਂ ਦਾ ਜੁਰਮ ਤਾਂ ਦੱਸਣ। ਜਿਹਦੇ ਰਾਜ ਦੁਲਾਰੇ ਰਹਿ ਗਏ ਅੱਧੇ ਇੱਧਰ ਅੱਧੇ ਉੱਧਰ, ਕਸਮੇ ਵੇਖੇ ਨੇ ਮੈਂ ਇੱਕ ਦੂਜੇ ਦੀ ਹਾਲੇ ਵੀ ਰਾਹ ਤੱਕਦੇ। ਜਿਹੜੇ ਲੇਖਾਂ ਹਾਰੇ ਰਹਿ ਗਏ ਅੱਧੇ ਇੱਧਰ ਅੱਧੇ ਉੱਧਰ, ਰਹਿ ਗਈ ਕਰਤਾਰੇ ਅਤੇ ਕੀ ਕੋਰਾਂ ਇੱਕ ਦੂਜੇ ਨੂੰ ਲੱਭਦੇ। ਕਿੰਨੇ ਦਾਰੀ ਦਾਰੇ ਰਹਿ ਗਏ ਅੱਧੇ ਇੱਧਰ ਅੱਧੇ ਉੱਧਰ, ਕਿਸੇ ਨੂੰ ਕੀ ਦੱਸੀਏ ਸਾਡੀ ਉਹ ਵੀ ਗੱਲ ਨਾ ਪੂਰੀ ਹੋਈ। ਜਿਹੜੀ ਗੱਲ ਦੇ ਮਾਰੇ ਰਹਿ ਗਏ ਅੱਧੇ ਇੱਧਰ ਅੱਧੇ ਉੱਧਰ, ਅਜ਼ਲਾਂ ਦੇ ਸਾਂ ਸਾਥੀ ਸੰਧੂ ਪਰ ਇਹ ਸਾਥ ਨਾ ਨਿਭਾਇਆ ਸਾਥੋਂ। ਅਜ਼ਲਾਂ ਦੇ ਸਾਂ ਸਾਥੀ ਸੰਧੂ ਪਰ ਇਹ ਸਾਥ ਨਾ ਨਿਭਾਇਆ ਸਾਥੋਂ, ਵਾਅਦੇ ਬਣ ਕੇ ਲਾਰੇ ਰਹਿ ਗਏ ਅੱਧੇ ਇੱਧਰ ਅੱਧੇ ਉੱਧਰ। ਪੰਜਾਬ ਦੀ ਵੰਡ ਹੋਈ, ਕੁਝ ਹਿੱਸਾ ਉੱਧਰ ਚਲਾ ਗਿਆ, ਕੁਝ ਹਿੱਸਾ ਇੱਧਰ ਆ ਗਿਆ। ਮਿੱਤਰੋ ਭਰਾਓ, ਦਿਲਾਂ 'ਤੇ ਜਿਹੜੇ ਜ਼ਖਮ ਆਏ ਉਹ ਜ਼ਖਮ ਪੂਰੀ ਜ਼ਿੰਦਗੀ ਅਸੀਂ ਪੂਰੀ ਹਯਾਤੀ ਲੱਗੇ ਰਹੀਏ ਅਤੇ ਨਹੀਂ ਭੁੱਲ ਸਕਦੇ। ਅਤੇ ਇਹਦੇ ਨਾਲ ਹੀ ਆਪਣੇ ਮੇਜ਼ਬਾਨ ਸਰਦਾਰ ਹੈਦਰ ਨੂੰ ਦਵੋ ਇਜਾਜ਼ਤ। ਅਤੇ ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਸੁੱਚੀਆਂ ਗੱਲਾਂ। ਕੱਲ੍ਹ ਫਿਰ ਕਿਸੇ ਪੰਜਾਬ ਦੇ ਲੋਕ ਵਿਰਸੇ 'ਤੇ ਗੱਲ ਕਰਨ ਵਾਸਤੇ ਕਿਸੇ ਨਵੀਂ ਗੱਲ 'ਤੇ ਪ੍ਰਚਾਰ ਕਰਾਂਗੇ। ਆਪਣਾ ਤਾਂ ਆਪਣਿਆਂ ਦਾ ਬਹੁਤ ਜਿਹਾ ਖਿਆਲ ਰੱਖਿਓ। ਅੱਲਾ ਨਿਗਹਿਬਾਨ।